ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੇੜੀ ਰੂਟ 'ਤੇ, ਕਿਉਂਕਿ ਤੁਸੀਂ ਗੇੜੀ ਰੂਟ 'ਤੇ ਮੈਨੂੰ ਲੱਗਦਾ ਜਾਂਦੇ ਅੱਜ ਕੱਲ੍ਹ ਹੈ ਨਹੀਂ, ਠੀਕ ਹੈ ਨਾ, ਅਤੇ ਤੁਸੀਂ ਸਾਰਾ ਟਾਈਮ ਆਪਣਾ ਸਪੈਂਡ ਕਰਦੇ ਹੋ ਘਰੇ। ਜਦੋਂ ਪੁਰਾਣਾ ਜ਼ਮਾਨਾ ਹੁੰਦਾ ਸੀ ਨਾ, ਤਾਂ ਬੱਚੇ ਕ੍ਰਿਕਟ ਖੇਡਦੇ ਹੁੰਦੇ ਸੀ, ਵੀਡੀਓ ਗੇਮਸ ਖੇਡਦੇ ਹੁੰਦੇ ਸੀ। ਅੱਜ ਕੱਲ੍ਹ ਮੈਂ ਪਲੇਅ ਸਟੇਸ਼ਨ ਦੁਨੀਆ ਭਰਤੀ ਚੱਕ ਕੇ, ਮਤਲਬ 4 ਸਾਲ ਦਾ ਬੱਚਾ ਹੁੰਦਾ ਨਹੀਂ ਅਤੇ ਮੰਮੀ ਮੇਰੇ ਕੋਲ ਪਲੇਅ ਸਟੇਸ਼ਨ ਚਾਹੀਏ, ਮੇਰੇ ਕੋਲ ਇਹ ਚਾਹੀਏ, ਮੇਰੇ ਕੋਲ ਉਹ ਚਾਹੀਏ। ਅਤੇ ਕਈ ਵਾਰ ਨਾ ਆਪਾਂ ਅੱਜ ਕੱਲ੍ਹ ਏਸੀ ਨੇ ਦੁਨੀਆ ਬਹੁਤ ਜ਼ਿਆਦਾ ਪੱਟੀ ਪਈ ਹੈ। ਤੁਸੀਂ ਸਵੇਰੇ ਉੱਠਦੇ ਹੋ ਭਾਜੀ ਤਾਂ ਏਸੀ, ਤੁਸੀਂ ਵਾਸ਼ਰੂਮ ਜਾਂਦੇ ਹੋ ਤਾਂ ਏਸੀ, ਤੁਸੀਂ ਸੂਸੂ ਕਰਨ ਜਾਣਾ ਤੁਹਾਨੂੰ ਤਾਂ ਏਸੀ ਚਾਹੀਦਾ। ਅਤੇ ਮਤਲਬ ਇੰਨੀ ਜ਼ਿਆਦਾ ਸਾਡੀ ਨੇਚਰ ਐਡਿਕਟ ਹੋ ਗਈ ਹੈ ਏਸੀ ਦੀ ਕਿ ਮਤਲਬ ਕੀ ਕਹੀਏ। ਵੈਸੇ ਏਸੀ ਤਾਂ ਮੈਂ ਵੀ ਲਾਇਆ ਹੋਇਆ ਅਤੇ ਜੀ ਟੋਟਕਾ ਖੈਰ ਮੇਰੇ 'ਤੇ ਹੀ ਹੈ। ਅਤੇ ਆਪਾਂ ਏਸੀ ਨੂੰ ਕਰਦੇ ਹਾਂ ਜੀ ਬੰਦ, ਆਪਾਂ ਬਾਰੀ ਖੋਲਦੇ ਹਾਂ। ਆ ਹਾ ਹਾ ਹਾ, ਕਿਆ ਹਵਾ ਚੱਲ ਰਹੀ ਹੈ, ਕਿਆ ਆਨੰਦ। ਮਤਲਬ ਦੇਖੋ ਜੀ, ਇੱਦਾਂ ਕਿ ਜਿਹੜਾ ਨਜ਼ਾਰਾ ਬਾਰੀ ਖੋਲ ਕੇ ਆਉਂਦਾ, ਪਹਿਲੀ ਤਾਂ ਗੱਲ ਤੁਹਾਨੂੰ ਗੱਡੀ ਚਲਾਉਂਦੇ ਹੋਏ ਨੂੰ ਕੁੜੀਆਂ ਭਾਉ ਦਿੰਦੀਆਂ, ਠੀਕ ਹੈ। ਤੁਸੀਂ ਸ਼ੀਸ਼ੇ ਬੰਦ ਦੇ ਵਿੱਚ, ਸ਼ੀਸ਼ੇ ਕਾਲੇ ਅੱਜ ਕੱਲ੍ਹ ਗੱਡੀਆਂ ਦੇ, ਅਤੇ ਤੁਸੀਂ ਬਾਹਰ ਦੇਖ ਨਹੀਂ ਪਾਉਂਦੇ ਬਾਹਰ ਕੀ ਚੱਲ ਰਿਹਾ, ਹੈ ਨਾ ਜੀ। ਅਤੇ ਕੁੜੀਆਂ ਤੁਹਾਨੂੰ ਲਾਈਨ ਵੀ ਦੇ ਦਿੰਦੀਆਂ, ਅਤੇ ਤੁਸੀਂ ਕੁੜੀਆਂ ਤਾੜ ਵੀ ਸਕਦੇ ਹੋ, ਅਤੇ ਤੁਸੀਂ ਕੁੜੀਆਂ ਵੱਲ ਧਿਆਨ ਵੀ ਦੇਖ ਸਕਦੇ ਹੋ, ਕਿਹੜੀ ਕੁੜੀ ਅੱਜ ਸੋਹਣੀ ਲੱਗ ਰਹੀ ਹੈ ਅਤੇ ਕਿਹੜੀ ਕੁੜੀ ਅੱਜ ਜ਼ਿਆਦਾ ਸੋਹਣੀ ਲੱਗ ਰਹੀ ਹੈ, ਹੈ ਨਾ। ਦੇਖੋ ਜੀ, ਹੁਣ ਲਾਈਟ ਆ ਗਈ, ਲੋਕ ਅੱਜ ਕੱਲ੍ਹ ਲਾਈਟਾਂ ਦਾ ਉਹ ਨਹੀਂ ਕਰ ਰਹੇ, ਰੈੱਡ ਲਾਈਟ 'ਤੇ ਰੁਕਣਾ ਲੋਕਾਂ ਨੇ ਬੰਦ ਕੀਤਾ ਹੈਗਾ। ਆਪਾਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਚਾਹਾਂਗੇ, ਹਰ ਚੀਜ਼ ਲਾਈਫ ਦੇ ਵਿੱਚ ਇੰਪੋਰਟੈਂਟ ਹੁੰਦੀ ਹੈ। ਰੈੱਡ ਲਾਈਟ 'ਤੇ ਰੁਕਣਾ ਵੀ ਇੰਪੋਰਟੈਂਟ ਹੁੰਦਾ, ਏਸੀ ਬੰਦ ਕਰਨਾ ਵੀ ਇੰਪੋਰਟੈਂਟ ਹੁੰਦਾ, ਬਾਰੀ ਖੋਲ੍ਹ ਕੇ ਕੁੜੀਆਂ ਤਾੜਨਾ ਵੀ ਇੰਪੋਰਟੈਂਟ ਹੁੰਦਾ। ਅਤੇ ਤੁਸੀਂ ਲਾਈਫ ਨੂੰ ਥੋੜ੍ਹਾ ਲਾਈਫ ਸਟਾਈਲ ਨੂੰ ਚੇਂਜ ਕਰੋ ਯਾਰ, ਹਰ ਚੀਜ਼ ਦਾ ਆਪਣਾ ਆਨੰਦ ਹੈਗਾ, ਹਰ ਚੀਜ਼ ਦਾ ਆਪਣਾ ਮਜ਼ਾ ਹੈਗਾ। ਇੱਕ ਦਿਨ, ਸਾਰਾ ਦਿਨ ਏਸੀ ਤੋਂ ਬਿਨਾਂ ਰਹਿ ਕੇ ਦੇਖੋ, ਮੈਂ ਕਹਿੰਦਾ ਨਾ ਤੁਹਾਡੀ ਪਸੀਨੇ ਨਾਲ ਬਹਿ ਜਾ ਹੋਗੀ। ਤੁਸੀਂ ਪੁੱਛੋਗੇ ਕਿ ਮੈਂ ਕੀ ਕਰ ਲਿਆ ਅੱਜ, ਪਰ ਦੈਟ ਇਜ਼ ਵੈਰੀ ਗੁੱਡ ਫੋਰ ਯੋਰ ਹੈਲਥ। ਤੁਹਾਡੀ ਬਾਡੀ ਦੀ ਜਿੰਨੀ ਸਵੈਟ ਹੈਗੀ ਹੈ, ਜਿੰਨਾ ਪਸੀਨਾ ਹੈਗਾ, ਉਹ ਸਾਰਾ ਤਰ 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 ਕਰਕੇ ਬਾਹਰ ਆ ਜਾਏਗਾ। ਤੁਹਾਡੀ ਜਿਹੜੀ ਬਾਡੀ ਦਾ ਗੰਦਗੀ ਹੈਗੀ ਉਹ ਬਾਹਰ ਨਿਕਲ ਜੂਗੀ। ਫਿਰ ਤੁਸੀਂ ਕਮੈਂਟ ਡਾਇਰੀਜ਼ ਨੂੰ ਕਰੋਗੇ ਥੈਂਕ ਯੂ ਕਿ ਸਾਨੂੰ ਮੁੰਡੇ ਨੇ ਗੱਲ ਤਾਂ ਚੰਗੀ ਸਮਝਾਈ ਸੀ, ਪਰ ਆਪਾਂ ਉਹਨੂੰ ਇੰਪਲੀਮੈਂਟ ਕਰ ਨਹੀਂ ਪਾਏ। ਜੀ ਇੰਪਲੀਮੈਂਟ ਕਰੋ ਲਾਈਫ ਦੇ ਵਿੱਚ, ਪੁੱਠੀਆਂ ਚੀਜ਼ਾਂ ਕਰੋ ਜਿਹੜੀਆਂ ਕਿ ਤੁਹਾਡੇ ਲਈ ਬੈਨੀਫਿਸ਼ੀਅਲ ਹੈਗੀਆਂ। ਅਤੇ ਜਿਵੇਂ ਤੁਸੀਂ ਕਮੈਂਟ ਡਾਇਰੀਜ਼ ਦੇਖ ਰਹੇ ਹੈਗੇ ਹੋ, ਡਾਇਰੀਜ਼ ਤਾਂ ਬਹੁਤ ਪੁੱਠੀਆਂ ਹੈਗੀਆਂ, ਪਰ ਫਿਰ ਵੀ ਤੁਸੀਂ ਦੇਖ ਰਹੇ ਹੈਗੇ ਹੋ, ਹੈ ਨਾ। ਅਤੇ ਕਮੈਂਟ ਡਾਇਰੀਜ਼ ਨੂੰ ਪਿਆਰ ਜਿਵੇਂ ਤੁਸੀਂ ਦੇ ਰਹੇ ਹੈਗੇ ਹੋ ਐਵੇਂ ਦਿੰਦੇ ਰਹੋ, ਅਤੇ ਗੁੱਡ ਵਿਸ਼ਿਸ਼ ਦਿੰਦੇ ਰਹੋ, ਅਤੇ ਅਸੀਂ ਤੁਹਾਡੇ ਲਈ ਐਂਟਰਟੇਨਿੰਗ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਅਤੇ ਕਮੈਂਟ ਡਾਇਰੀਜ਼ ਰੋਲਿੰਗ ਫਰੇਮਸ ਐਂਟਰਟੇਨਮੈਂਟ ਹੈਸ਼ਟੈਗ ਤੁਸੀਂ ਜ਼ਿੰਦਾਬਾਦ ਕੀਤਾ ਹੈਗਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।